ਪਾਣੀ ਜਿੰਦਾਬਾਦ, ਪਾਣੀ ਜਿੰਦਾਬਾਦ, ਪਾਣੀ ਜਿੰਦਾਬਾਦ, ਪਾਣੀ ਜਿੰਦਾਬਾਦ, ਪਾਣੀ ਜਿੰਦਾਬਾਦ, ਸ਼ਾਮ ਸੁੰਦਰ ਹੋਣਾ ਜਿੰਦਾਬਾਦ, ਸ਼ਾਮ ਸੁੰਦਰ ਹੋਣਾ ਜਿੰਦਾਬਾਦ। ਚਲੋ ਭਾਈ, ਮੈਂ ਨਟਵਰ ਲਾਲ ਪੇਸ਼ ਕਰਦਾ ਹਾਂ ਯੂਫੋ ਨਿਊਜ਼ ਤੋਂ ਪੰਜਾਬੀ ਖਬਰਾਂ। ਹੁਸ਼ਿਆਰਪੁਰ ਵਿਖੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਲਈ 5,000 ਕਰੋੜ ਰੁਪਏ ਖਰਚੇ ਜਾਣਗੇ ਤਾਂ ਕਿ ਜੋ ਸ਼ਹਿਰਾਂ ਦੀ ਨੁਹਾਰ ਬਦਲੀ ਜਾ ਸਕੇ। ਜ਼ਿਲ੍ਹਾ ਪ੍ਰੀਸ਼ਦ ਗਰਾਊਂਡ ਕਰਵਾਏ ਗਏ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਹਨਾਂ ਦੇ ਨਾਲ ਉਦਯੋਗ ਅਤੇ ਵਣ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਵੀ ਸਨ। ਉਹਨਾਂ ਹੁਸ਼ਿਆਰਪੁਰ ਦੇ ਵਿਕਾਸ ਕਾਰਜਾਂ ਲਈ 101 ਕਰੋੜ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰਾਂ ਵੱਲੋਂ 100% ਸੀਵਰੇਜ ਵਾਟਰ ਸਪਲਾਈ ਤੋਂ ਇਲਾਵਾ ਹੋਰ ਵੱਖ ਵੱਖ ਪ੍ਰੋਜੈਕਟ ਯਕੀਨੀ ਬਣਾਏ ਜਾਣਗੇ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਫਾਇਰ ਬ੍ਰਿਗੇਡ ਨੂੰ ਮਜ਼ਬੂਤ ਕਰਨ ਲਈ 550 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਹਨਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਮੁੱਦੇ 'ਤੇ ਪੰਜਾਬ ਸਰਕਾਰ ਦੀਆਂ ਸਾਰੀਆਂ 13 ਸੀਟਾਂ ਜਿੱਤ ਜਾਣਗੀਆਂ। ਮੌਜੂਦਾ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਦੀ ਗਤੀ ਤੇਜ਼ ਕੀਤੀ ਜਾਵੇਗੀ ਤਾਂ ਕਿ ਜੋ ਸੂਬੇ ਦੀ ਨੁਹਾਰ ਬਦਲੀ ਜਾ ਸਕੇ। ਪਿਛਲੀ ਸਰਕਾਰ ਵੱਲੋਂ ਸੂਬੇ ਨੂੰ ਲੁੱਟਣ ਤੋਂ ਸਿਵਾਏ ਕੁਝ ਵੀ ਨਹੀਂ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਸਥਾਨਕ ਕਰੁਣੇਸ਼ ਸ਼ਰਮਾ, ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ, SSP JLN ਚੇਲੀਆਂ, ਕਮਿਸ਼ਨਰ ਨਗਰ ਨਿਗਮ ਬਲਵੀਰ ਰਾਜ ਸਿੰਘ, ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾਕਟਰ ਕੁਲਦੀਪ ਨੰਦਾ, ਕੁਸਮ ਆਦੀਆ, ਰਜਨੀਸ਼ ਟੰਡਨ, ਐਡਵੋਕੇਟ ਰਕੇਸ਼ ਮਰਵਾਹ, ਤਰਨਜੀਤ ਕੌਰ ਸੇਠੀ, ਮੁਕੇਸ਼ ਡਾਵਰ, ਰਮਨ ਕਪੂਰ, ਨਿਮਿਸ਼ਾ ਮਹਿਤਾ ਆਦਿ ਹਾਜ਼ਰ ਸਨ। ਸਾਡੀ ਰਾਸ਼ੀ ਵੀ ਅੱਛੀ ਹੈ, ਤੇ ਕੰਮ ਅਧੂਰੇ ਨੇ ਇੱਥੇ, ਉਹਨਾਂ ਨੂੰ ਤੁਸੀਂ ਪੂਰੇ ਕਰੋਗੇ। ਮੈਂ ਤੁਹਾਨੂੰ ਆ ਗੱਡੀਆਂ ਦੀ ਗੱਲ ਕੀਤੀ ਆ, ਫਾਇਰ ਬ੍ਰਿਗੇਡ ਦੀਆਂ ਦੀ, ਆਪਣੀ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਕਿ ਸ਼ਹਿਰ ਸਾਰੀਆਂ ਸੜਕਾਂ ਟੁੱਟੀਆਂ ਪਈਆਂ, ਬੁਰਾ ਹਾਲ ਹੈ। ਅੱਜ ਤੁਸੀਂ ਸੀਵਰ ਅਤੇ ਵਾਟਰ ਸਪਲਾਈ ਦੇ ਜਿੱਥੇ 1 ਕਰੋੜ ਰੁਪਏ ਦੀ ਗ੍ਰਾਂਟ ਦੇਣ ਆਏ ਹੋ, ਮੈਂ ਉੱਥੇ ਬੇਨਤੀ ਕਰਦਾ ਕਿ ਸਾਡੇ ਹੁਸ਼ਿਆਰਪੁਰ ਦੀ ਡਿਵੈਲਪਮੈਂਟ ਵਾਸਤੇ ਵੀ ਕੁਛ ਜਿਹੜਾ ਚੰਗਾ ਹੁੰਗਾਰਾ ਸਾਨੂੰ ਦੇ ਕੇ ਜਾਇਓ। ਚੰਦ ਆਤੰਕੀ ਕਿ ਹਿੰਦੁਸਤਾਨ ਦਾ ਵਿਕਾਸ ਰੋਕ ਦੇਣਗੇ, ਹਿੰਦੁਸਤਾਨ ਦਾ ਅਮਨ ਅਮਾਨ ਭੰਗ ਕਰ ਦੇਣਗੇ, ਹਿੰਦੁਸਤਾਨ ਅਖੰਡ ਭਾਰਤ ਨੂੰ ਖੰਡ ਖੰਡ ਕਰ ਦੇਣਗੇ, ਲੋਕਾਂ ਨੂੰ ਵੰਡ ਦੇਣਗੇ। ਨਹੀਂ, ਇਹ ਦੇਸ਼ ਉਸ ਤੋਂ ਬਹੁਤ ਵੱਡਾ ਹੈ, ਇਹ ਦੇਸ਼ ਉਸ ਤੋਂ ਬਹੁਤ ਮਹਾਨ ਹੈ। ਇਹਨਾਂ ਆਤੰਕਵਾਦੀਆਂ ਨਾਲੋਂ ਇਹਨਾਂ ਦੇ ਮਨਸੂਬੇ ਖਤਮ ਕਰਨੇ, ਇਹ ਮਨਸੂਬੇ ਨੇ ਇਹਨਾਂ ਦੇ, ਇਟ ਇਜ਼ ਦੇਅਰ ਮੋਟਿਵ ਟੂ ਡਿਵਾਈਡ ਅਸ, ਇਹੀ ਮੋਟਿਵ ਹੈ ਕਿ ਵੰਡ ਦਿਓ, ਫੇਰੂ ਫੇਰੂ ਕਰ ਦਿਓ। ਲੇਕਿਨ ਕੋਈ ਇਹਨਾਂ ਨੂੰ ਲਿਆ ਕੇ ਸਜ਼ਾ ਦੇਵੇ ਤਾਂ ਮੈਂ ਜੈ ਜੈਕਾਰ ਕਰੂੰਗਾ, ਪਰ ਕੋਈ ਗੁਰੂ ਗੋਬਿੰਦ ਸਿੰਘ ਦਾ ਸਿੱਖ, ਕੋਈ ਗੁਰੂ ਗੋਬਿੰਦ ਸਿੰਘ ਦਾ ਸਿੱਖ ਇਹ ਨਹੀਂ ਕਹਿ ਸਕਦਾ ਕਿ ਕਰਦਾ ਕੋਈ ਹੈ ਤੇ ਮਰਦਾ ਕੋਈ ਹੈ। ਜਿਹੜਾ ਕਰਦਾ ਉਹ ਕਿਉਂ ਨਹੀਂ ਮਰਦਾ? ਲਿਆਓ ਤੇ ਸਿੱਧੂ ਤੁਹਾਡੇ ਨਾਲ ਡਟ ਕੇ ਖੜੂਗਾ, ਜਿੱਦਾਂ ਪਾਰਟੀ ਖੜੀ ਆ ਉੱਦਾਂ ਸਿੱਧੂ ਖੜੂਗਾ। ਲੇਕਿਨ ਲਾਸ਼ਾਂ ਤੇ ਰਾਜਨੀਤੀ ਨਾ ਕਰੋ, ਲਾਸ਼ਾਂ ਤੇ ਰਾਜਨੀਤੀ ਨਾ ਕਰੋ, ਗੱਲਾਂ ਨੂੰ ਘੁਮਾਓ ਨਾ ਔਰ ਫੈਲਾਓ ਨਾ। ਜੋ ਸਿੱਧੂ ਨੇ ਕੱਲ੍ਹ ਕਿਹਾ ਸੀ ਉਹ ਅੱਜ ਵੀ ਕਹੂਗਾ, ਜੋ ਸਿੱਧੂ ਨੇ ਅੱਜ ਕਿਹਾ ਸੀ ਉਹਦੇ ਤੇ ਅਟਲ ਖੜਾ ਹੈ, ਤਰਨ ਤੇ ਖੜਾ ਹੈ। ਸਭ ਤੋਂ ਵੱਧ ਪਰਮਵੀਰ ਚੱਕਰ ਇਸ ਪੰਜਾਬ ਨੇ ਜਿੱਤ ਕੇ ਦਿੱਤੇ, ਇਹ ਉਹ ਅਣਖੀ ਪੰਜਾਬ ਹੈ, ਇਹਨੂੰ ਕੋਈ ਢਾ ਨਹੀਂ ਲਾ ਸਕਦਾ। 2 ਲੱਖ ਕਰੋੜ ਰੁਪਈਏ ਦਾ ਕਰਜ਼ਾ ਹੋਵੇ, ਲੇਕਿਨ ਸਿੱਧੂ ਦੀ ਕੋਈ ਤਮੰਨਾ ਕੋਈ ਰਹਿ ਨਹੀਂ ਗਈ ਹੋਰ,
ਜਿੱਦਣ ਰੱਬਾ ਲਿਜਾਈ ਪੰਜਾਬ ਤੇ ਇੱਕ ਪਾਈ ਕਰ ਜਾਣਾ, ਇੱਕ ਪਾਈ ਕਰ ਜਾਣਾ। ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ, ਕਾਂਗਰਸ ਪਾਰਟੀ, ਪੰਜਾਬ ਦੇ ਕੈਬਨਿਟ ਮਿਨਿਸਟਰ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਅੱਜ ਹੁਸ਼ਿਆਰਪੁਰ ਪਹੁੰਚੇ ਹਨ। ਮੈਂ ਮਹਿਲਾ ਕਾਂਗਰਸ ਵੱਲੋਂ ਉਹਨਾਂ ਦਾ ਸਵਾਗਤ ਕਰਦੀ ਹਾਂ ਅਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਹਾਂ। ਉਹ ਸਾਡੇ ਹੁਸ਼ਿਆਰਪੁਰ ਨੂੰ 101 ਕਰੋੜ ਰੁਪਈਆ ਦੇ ਕੇ ਗਏ ਹਨ। ਹੁਣ ਸਾਡੇ ਹੁਸ਼ਿਆਰਪੁਰ ਦੀ ਜਿਹੜੀ ਹੈ ਉਹ ਨੁਹਾਰ ਬਦਲੀ ਜਾਏਗੀ ਅਤੇ ਅਸੀਂ ਸਾਰੀ ਮਹਿਲਾ ਕਾਂਗਰਸ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ।